ਦੇਖਿਆ ਕਿ ਉਹਦੇ ਗਲੇ ਦੇ ਤੇ ਨਾ ਨਾਖੂਨਾਂ ਦੇ ਨਿਸ਼ਾਨ ਸਨ ਖਤਮ ਦੇ ਹਾਂਜੀ ਤੇ ਉਹ ਮਰੀ ਪਈ ਸੀ ਲਿਆਕਤ ਸਾਨੂੰ ਇਹੀ ਕਹਿ ਰਿਹਾ ਸੀ ਕਿ ਉਹ ਥੜਾ ਅਜ਼ੀਜ਼ ਸੀ ਜਿਹੜਾ ਬੈਠ ਚ ਰਹਿੰਦਾ ਉਹ ਮਾਰ ਕੇ ਦੌੜ ਗਿਆ ਇਹ ਉਹ ਗੁਲਸ਼ਨ ਹੈ ਜੋ ਹਸਤਾ ਬਸਤਾ आशना और खतून के शोहर ने उजाड़ दिया अब यहाँ पे तारे लग चुके हैं मैं दो साल के जो बीबियां सी वहां पे देखा तो कुछ भी डेथ हुई सो ने फिर वन फाइव पे कॉल की थी सारे दफ्तर पे डाल देता पर इनका काम कर रहा है न्यूज़ टुडे की वीडियोस देखने के लिए हमारा चैनल सब्सक्राइब कीजिए बिस्मिल्लाहिर्रहमानिर्रहीम अस्सलाम वालेकुम नाज़रीन मैं मियां मोहम्मद आसिफ और आप देख रहे हैं न्यूज़ टुडे नाजरीन ये घर है जहाँ पे चार बच्चों की माँ को कत्ल कर दिया गया कत्ल की वजह ये बनी कि वो अपने आशना के साथ यहाँ मौजूद थी कि उसका शोहर आ गया और उसको कत्ल कर दिया गया ये जो कहानी है ये लोगों से जानेंगे कि ये वाकया किस तरह पेश आया अस्सलाम वालेकुम जी वालेकुम अस्सलाम ये वाकया किस तरह पेश आया ਉਹ ਬੰਦੇ ਨੇ ਸਾਨੂੰ ਤਾਂ ਉੱਥੇ ਮਾਰਕੀਟ ਦੇ ਵਿੱਚ ਉਹਨਾਂ ਦੀ ਸਟੋਰ ਪਾਇਆ ਕਿਰਿਆਨਾ ਸਟੋਰ ਉਹਨੇ ਕਿਹਾ ਮੇਰੀ ਬੀਵੀ ਦਾ ਜਿਹੜਾ ਹੈ ਨਾ ਜੀ ਗਲਾਕ ਦਬਾ ਕੇ ਚਲਾ ਗਿਆ ਅੱਛਾ ਉਹਨੇ ਆ ਕੇ ਦੱਸਿਆ ਆ ਕੇ ਦੱਸਿਆ ਠੀਕ ਹੈ ਉਹ ਅਸੀਂ ਇੱਥੇ ਆਏ ਆ ਮਹੱਲੇਦਾਰ ਵੀ ਹੈਗੇ ਸਨ ਇਹਨਾਂ ਫਿਰ ਉਹਨੂੰ ਆਪਣੇ ਅੰਡਰ 'ਚ ਲੈ ਲਿਆ 15 ਤੇ ਕਾਲ ਕੀਤੀ ਇਹਨਾਂ ਫਿਰ ਦੱਸਿਆ ਕਿ ਜੀ ਕਿ ਅੰਦਰ ਰੋਣਾ ਇਹਨਾਂ ਦਾ ਇਹ ਕਹਿੰਦਾ ਇੱਥੇ ਸਾਨੂੰ ਕਹਿੰਦਾ ਹੈ ਕਿ ਮੇਰੀ ਬੀਵੀ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਅੱਛਾ ਉਹਨੇ ਕਿਹਾ ਜੀ ਮੇਰੀ ਬੀਵੀ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਤੇ ਇਸ ਵਜ੍ਹਾ ਤੋਂ ਮਰ ਗਈ ਮਹੱਲੇ ਚ ਨਹੀਂ ਮਰ ਨਹੀਂ ਗਈ ਜੀ ਮਹੱਲੇ ਚ ਉਹਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਲੋ ਹੈ ਅੱਛਾ ਅੱਛਾ ਉਹ ਇਹ ਦੋ ਸਾਲ ਕੇ ਕਦੋਂ ਬੀਵੀਆਂ ਸੀ ਉਹਨਾਂ ਆਪਣੇ ਦੇਖਿਆ ਤੇ ਕਿ ਉਹਦੀ ਡੈਥ ਹੋਈ ਸੀ ਉਹਨੇ ਫਿਰ 15 ਤੇ ਕਾਲ ਕੀਤੀ ਕਿੰਨੇ 15 ਤੇ ਕਾਲ ਕੀਤੀ ਸਭ ਨੇ ਭਾਈ ਕਹਿੰਦੇ ਨੇ ਹਮ ਸਾਇਆ ਨਹੀਂ ਕੀਤੀ ਓਕੇ ਉਹਨਾਂ ਕਾਲ ਕਰਕੇ ਪੁਲਿਸ ਆਈ ਜਿਹਨੇ ਉਸ ਤੇ ਫਿਰ ਕਾਰਵਾਈ ਅਗੇ ਬੰਨੀ ਸ਼ੁਰੂ ਹੋ ਗਈ ਉਹ ਇਤਰਾਫ ਕਰ ਗਿਆ ਕਿ ਮੈਂ ਜੀ ਉਹਨੂੰ ਤਸਰੇ ਕੇ ਇਲਜ਼ਾਮ ਉਹ ਆਪਣੀ ਬੀਵੀ ਤੇ ਲਾ ਰਿਹਾ ਕਿ ਉਹ ਅੱਛੀ ਨਹੀਂ ਸੀ ਉਹ ਬੱਚਾ ਜਿਹੜਾ ਕੋਲ ਰੱਖਿਆ ਸੀ ਬੈਠਣ ਤੋਂ ਕਰਾਇਆ ਦਾ ਉਹਦੇ ਨਾਲ ਨਹੀਂ ਠੀਕ ਹੈ ਕਿ ਸੀ ਅੱਗੇ ਅੱਲਾ ਬਿਹਤਰ ਜਾਣਦਾ ਹੈ ਕਿ ਇਹਨਾਂ ਦਾ ਕੀ ਮਾਮਲਾ ਤੁਸੀਂ ਇਹਨਾਂ ਨੂੰ ਕਿੰਨੇ ਅਰਸੇ ਤੋਂ ਜਾਣਦੇ ਹੋ ਅਸੀਂ ਤਕਰੀਬਨ 5-6 ਮਹੀਨੇ ਤੋਂ ਜਾਣਦੇ 5-6 ਮਹੀਨੇ ਤੋਂ ਕਿੰਨੇ ਅਰਸੇ ਤੋਂ ਇੱਧਰ ਰਹਿ ਰਹੇ ਸੀ तकरीबन हो गए 10-12 दिन अच्छा और जिहड़ा आशना जिहड़ा ओ खातून दे नाल जिहदी दोस्ती होई जिहदा तल्लक होया उस ओहदा तल्लक किस तरह बणिया क्या है आईडिया हाँ वो एक बंदा है साडे कोल साडे दफ्तर दे नाल बेचदा फल फूल दा काम करदा है कदा काम करदा फल फूल दा काम अच्छा फल फूल दा हाँ जी ओ उहनां दे नाल ही मुंडा रहिंदा सी असीं उहनूं पुछिआ कि यार मुंडा तेरे नाल सी उहनां जी मेरे कोल तां महीना ओहदी ओहदी पहले सलाम तो है सी आपस सामने घर फटाफट आके दरवाजा खड़काया पापा उठो अपनी गली च कतल हो गया अच्छा असि फौरी तौर बाहर आए हैं लियाकत जरा बूहे अंदर खड़ा होया रोला पाया मेरी बीवी का ब्लड प्रेशर लो हो गया डिग पई रोला पाया सामने मलान भाई लीड फोर्स ने उन्होंने फिर जरा कि सानू दो तीन बंद इशारा कराया कि बंदा नसना नहीं चाहिए उन्होंने नुक्कर से खलो के 15 से कॉल की फिर पुलिस आई तो लियाकत सानू यही कह रहा है कि वह साडा अजीज सी जिहड़ा बैठक च रहिंदा वह मार के दौड़ गया नाले मोबाइल साढ़े पैसे सारा कुछ लैके चला गया अच्छा लेकिन जिस टाइम असि मौके से जाके औरत नु देखिया तुसी देखिया वह जिहड़ा ओहदा खातून दा आशना सी जितने वो नहीं सी मौजूद ਉਹ ਪਹਿਲੇ ਜਿਹੜਾ ਅਸੀਂ ਤੋਂ ਅੰਦਰ ਗਏ ਆ ਅਸੀਂ ਤੇ ਦੇਖੋ ਜੀ ਜਿਹੜੀ ਅੱਗੀ ਗੱਲ ਹੈ ਉਹਨੂੰ ਤਕਰੀਬਨ 10 ਮਹੀਨਿਆਂ ਤੋਂ ਦੁਕਾਨ ਕਰਦੇ ਆ ਤੁਸੀਂ ਕੀ ਦੇਖਿਆ ਜਦੋਂ ਅੰਦਰ ਗਏ ਹੋ ਕੀ ਦੇਖਿਆ ਦੇਖਿਆ ਕਿ ਉਹਦੇ ਗਲੇ ਦੇ ਤੇ ਨਾ ਨਾਖੂਨਾਂ ਦੇ ਨਿਸ਼ਾਨ ਸਨ ਖਤੂਨ ਦੇ ਹਾਂਜੀ ਤੇ ਉਹ ਮਰੀ ਪਈ ਸੀ ਲੇਕਿਨ ਸਾਡੇ ਚ ਇੰਨੀ ਹਿੰਮਤ ਨਹੀਂ ਚਾਰ ਪਾਈ ਤੇ ਸੀ ਚਾਰ ਪਾਈ ਤੇ ਸੀ ਤੇ ਚਾਰ ਪਾਈ ਇੱਕ ਹੀ ਸੀ ਅੰਦਰ ਹਾਂ ਇੱਕ ਹੀ ਸੀ ਸਾਡੇ ਚ ਇੰਨੀ ਹਿੰਮਤ ਨਹੀਂ ਸੀ ਪਈ ਕਿ ਅਸੀਂ ਉਹਦਾ ਚਿਹਰਾ ਦੇਖੀਏ ਕਿਉਂਕਿ ਉਹ ਰਜ਼ਾ ਤੇ ਔਰਤਾਂ ਹੀ ਜਾ ਕੇ ਦੇਖ ਸਕਦੀਆਂ ਅਸੀਂ ਤੇ ਇਹਨਾਂ ਕੁਝ ਦੇਖਿਆ ਫਿਰ ਪੁਲਿਸ ਆਈ ਅਸੀਂ ਜਦੋਂ 15 ਤੇ ਕਾਲ ਕੀਤੀ ਫਿਰ ਥੋੜੀ ਜਿਹੀ ਤਹਿਕੀਕਾਤ ਹੋਈ ਤੇ ਇਹੀ ਕਹਿ ਰਿਹਾ ਸੀ ਕਿ ਜੀ ਮੈਂ ਐਸਨਾ ਯਾਸੀਨ ਹੈਗਾ ਸੀ ਸਾਡੀ ਬੈਠਕ 'ਚ ਰਹਿੰਦਾ ਸੀ ਉਹ ਮੇਰੀ ਬੇਗਮ ਨੂੰ ਵੀ ਮਾਰ ਗਿਆ ਸਾਡੇ ਕੋਲ ਪੈਸਾ ਸੀ ਮੋਬਾਈਲ ਸੀ ਦੁਕਾਨ ਦੀ ਸੇਲ ਸੀ ਸਾਰਾ ਕੁਝ ਲੈ ਕੇ ਚਲਾ ਗਿਆ ਸ਼ਾਹ ਜੀ ਅਸਲਾਮ ਅਲੈਕਮ ਸ਼ਾਹ ਜੀ ਪੂਰਾ ਇੱਕ ਤੇ ਨਾਮ ਆਪਣਾ ਦੱਸੋ ਸੈਯਦ ਸ਼ਾਹ ਸਵਰ ਸ਼ਮਸੀ ਜੀ ਸ਼ਾਹ ਜੀ ਇਹ ਦੱਸੋ ਕਿ ਕਿੰਨੇ ਅਰਸੇ ਤੋਂ ਉਹ ਇੱਥੇ ਆਏ ਸੀ ਕਿਸ ਤਰ੍ਹਾਂ ਰਹਿ ਰਹੇ ਸੀ ਤੁਹਾਡੇ ਹੀ ਲਮੇ 'ਚ ਕੀ ਹੈ ਤਕਰੀਬਨ ਇਹਨਾਂ ਨੂੰ 9-10 ਮਹੀਨੇ ਹੋ ਗਏ ਸਰ ਇੱਥੇ ਆਇਆ ਅੱਛਾ
इन्होंने अपना दुकान ली थी, अल नजफ स्टोर वाले को दुकान ली थी, अपना दुकान करी और अपना समान सी बच्चों उन्होंने वो खरीद लिया समान दुकान बाकी इन्होंने दुकान खरीदी लाई किराए पे या समान दुकान पर समान खरीदा थे उन्होंने जदों ते समान फ्रिजा फ्रिजा जो भी समान उन्होंने दिया किस चीज की दुकान किराने की अच्छा उस बाद बीवी किराने ते कौन बंदा सी बीवी बीवी सी अकेली बीवी बंदी अकेली बुड्ढी बंदी अच्छा बीवी दुकान ते बैठी ये दुकान ते बैठी उस बाद उन्होंने नाल ही मकान गिरवी ले लिया सामने अच्छा उधर उधर उस दुकान के सामने ठीक है ओके वो मकान कौन सा गिरवी लिया उस बाद मकान उन्होंने छड़िया सी वो मकान जो छड़िया उन्होंने उन्होंने फिर ये मकान किराए ते ले लिया सी ये विच के आया शराज साहब ने या यासीन इन्हों नाल ने रख लिया तू 5000 रुपया तू किराए देती जी 10000 दे 15000 रुपया मकान ने किराए अच्छा ऐ दसो के दा यासीन जेड़ा है जिन्ने मारया जेड़ा आशना सी जिदा बीवी दा ओदी बीवी दे नाल तल्लुकात बने ओ तल्लुकात किस तरह बने तल्लुकात ओदे इस तरह ही बने ने कि ਬੀਵੀ ਦੁਕਾਨ ਸੌਦਾ ਸੌਦਾ ਲੈਂਦਾ ਸਮਝਾ ਕੇ ਅੱਛਾ ਉਹ ਬੀਵੀ ਦਾ ਨੰਬਰ ਲੈ ਗਿਆ ਸੀ ਨੇ ਇਹ ਨੰਬਰ ਤੇ ਉਥਾਂ ਵੀ ਰابطਾ ਸੀ ਸਾਰਾ ਕੁਝ ਤੇ ਸ਼ੋਹਰ ਨੂੰ ਪਤਾ ਸੀ ਇਸ ਗੱਲ ਦਾ ਸ਼ੋਹਰ ਨੂੰ ਜੈਨ ਪਤਾ ਵੀ ਇਹ ਤਰੀਕਾ ਸਕਦੇ ਸੀ ਸ਼ਾਇਦ ਸ਼ੋਹਰ ਨੂੰ ਪਤਾ ਹੀ ਨਹੀਂ ਪਤਾ ਇਹ ਆਪਣਾ ਇਹ ਮਕਾਨ ਇਹ ਰਾਤ ਨੂੰ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਹਰਕਤ ਹੋਈ ਇਹ ਮਸਲਾ ਬਣਿਆ ਇਹ ਮਾਰਿਆ ਉਹਨਾਂ ਨੇ ਰਾਤ ਨੂੰ ਮਾਰਿਆ ਰਾਤੀ 2-3 ਵਜੇ ਨਾਲ 2-3 ਵਜੇ ਦਾ ਟਾਈਮ ਇਸ ਘਰ ਵਿੱਚ ਕਿੰਨੇ ਦਿਨਾਂ ਤੋਂ ਆਏ ਸੀ ਇੱਕ ਤਕਰੀਬਨ 15-16 ਦਿਨ ਹੋ ਗਏ 15-16 ਦਿਨ ਤੋਂ ਨਾਜ਼ਰੀਨ ਇਹ ਉਹ ਗੁਲਸ਼ਨ ਹੈ ਜੋ ਹਸਤਾ ਬਸਤਾ आशना और खतून के शोहर ने उजाड़ दिया। अब यहाँ पे ताले लग चुके हैं, जो बच्चे हैं उनका भी मुस्तकबिल अभी दाव पे लगा हुआ है और यहाँ पे जो मतलब एक पूरी फैमिली थी वो आज बर्बाद होके रह गई है। और इस बैठक में जो मुलजम को रखा गया था, जिसको ये समझा था कि ये हमारा सहूलत में कोई साथ देगा, कोई हमारा रेंट बांटेगा, इसके आने से हमारे मसले हल होंगे, लेकिन वो दुश्मन साबित हुआ और उसने बीवी से जो उसकी बीवी से तल्लकात बनाए और भी तल्लकात बनाने के बाद जब वो पकड़ा गया तो बीवी को मार दिया। तो नाजरीन ये हस्ता बस्ता घर किस तरह उजड़ा, आपको पूरी कहानी सुना दी, मोहल्लेदारों का आपको व्यू सुना दिया। इसके साथ इजाज़त दीजिए, अल्लाह ने के बाद।